ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੇ ਕਈ ਦਿਨਾਂ ਤੋਂ ਮੈਨੂੰ ਇਨਬੋਕਸ ਮੈਸੇਜ ਆ ਰਹੇ ਸੀ ਵੀ ਅਸੀਂ ਕਿਤਾਬਾਂ ਨਾਲ ਪਿਆਰ ਕਿਵੇਂ ਪਾ ਸਕਦੇ ਹਾਂ, ਸਾਡਾ ਜੀ ਤਾਂ ਕਰਦਾ ਕਿਤਾਬਾਂ ਪੜ੍ਹਨ ਨੂੰ ਪਰ ਸਾਡੇ ਤੋਂ ਜਿਹੜੀ ਕਿਤਾਬ ਉਹ ਪੂਰੀ ਪੜ੍ਹਨੀ ਹੁੰਦੀ, ਅਸੀਂ ਕਿਤਾਬਾਂ ਨਾਲੋਂ ਛੇਤੀ ਟੁੱਟ ਜਾਂਦੇ ਹਾਂ। ਤਾਂ ਅਸੀਂ ਕਿਤਾਬਾਂ ਨੂੰ ਕਿਵੇਂ ਪੜ੍ਹਨ ਲੱਗੀਏ ਕਿ ਸਾਡਾ ਕਿਤਾਬਾਂ ਨਾਲ ਪਿਆਰ ਹੋਰ ਵਧੇ, ਤਾਂ ਕਿ ਅਸੀਂ ਇਤਿਹਾਸ ਨਾਲ ਜਾਣੂ ਹੋ ਸਕੀਏ, ਅਸੀਂ ਕਿਤਾਬਾਂ ਨਾਲ ਪੜ੍ਹ ਕੇ ਜਿਹੜੀ ਸਾਡੀ ਜ਼ਿੰਦਗੀ ਨੂੰ ਸੋਹਣੀ ਬਣਾ ਸਕੀਏ। ਤਾਂ ਅੱਜ ਤੁਹਾਨੂੰ ਮੈਂ ਕੁਝ ਤਰੀਕੇ ਦੱਸੂੰਗਾ ਕਿਤਾਬਾਂ ਨੂੰ ਅਸੀਂ ਕਿਵੇਂ ਆਪਦੀ ਜ਼ਿੰਦਗੀ ਦੇ ਵਿੱਚ ਅਪਣਾ ਸਕਦੇ ਹਾਂ ਅਤੇ ਕਿਵੇਂ ਇਹਨਾਂ ਨੂੰ ਆਪਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਬਣਾ ਸਕਦੇ ਹਾਂ। ਕਿਤਾਬਾਂ ਪੜ੍ਹ ਕੇ ਅਸੀਂ ਦੁਨੀਆ ਭਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਅਤੇ ਦੁਨੀਆ ਦੇ ਉਹਨਾਂ ਸ਼ਖਸਾਂ ਬਾਰੇ ਜਾਣ ਸਕਦੇ ਹਾਂ ਜਿਨ੍ਹਾਂ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ ਹੁੰਦਾ। ਅਸੀਂ ਜਾਣ ਸਕਦੇ ਹਾਂ ਕਿ ਉਹਨਾਂ ਨੇ ਆਪਦੀ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾਇਆ, ਕਿਵੇਂ ਉਹ ਦੁੱਖਾਂ ਦੇ ਵਿੱਚੋਂ ਲੰਘੇ, ਕਿਵੇਂ ਉਹ ਸੁੱਖਾਂ ਦੇ ਵਿੱਚੋਂ ਲੰਘੇ, ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸਲ ਦੀ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਸਾਨੂੰ ਕਿਤਾਬਾਂ ਸਿਖਾਉਂਦੀਆਂ ਨੇ, ਅਤੇ ਅਸੀਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਇਹ ਵੀ ਸਾਨੂੰ ਕਿਤਾਬਾਂ ਤੋਂ ਪਤਾ ਲੱਗਦਾ। ਪਰ ਜੇਕਰ ਸਾਨੂੰ ਇਹ ਨਹੀਂ ਪਤਾ ਹੋਊਗਾ ਵੀ ਅਸੀਂ ਕਿਤਾਬਾਂ ਨਾਲ ਪਿਆਰ ਕਿਵੇਂ ਪਾਉਣਾ, ਤਾਂ ਇਹ ਸਾਡੇ ਲਈ ਬਹੁਤ ਮੰਦਭਾਗੀ ਗੱਲ ਆ। ਅਸੀਂ ਕਿਤਾਬਾਂ ਨੂੰ ਕਿਵੇਂ ਪੜ੍ਹ ਸਕਦੇ ਹਾਂ ਜਾਂ ਅਸੀਂ ਕਿਤਾਬਾਂ ਦੀ ਚੋਣ ਕਿਵੇਂ ਕਰ ਸਕਦੇ ਹਾਂ, ਸਾਨੂੰ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਹੈ, ਅਸੀਂ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਪਹਿਲੀ ਗੱਲ ਇਹ ਆ, ਸਾਡਾ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਗੋਲ ਜ਼ਰੂਰ ਹੁੰਦਾ, ਅਸੀਂ ਕਿਹੜੀ ਗੋਲ ਦੇ ਲਈ ਕਿਤਾਬਾਂ ਨੂੰ ਪੜ੍ਹਨਾ। ਹੁਣ ਕਈ ਹੁੰਦੇ ਆ ਵੀ ਜਿਨ੍ਹਾਂ ਨੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨੀ ਹੁੰਦੀ ਆ, ਉਹਨਾਂ ਨੇ ਇਤਿਹਾਸਿਕ ਕਿਤਾਬਾਂ ਪੜ੍ਹਨੀਆਂ ਹੁੰਦੀਆਂ ਨੇ, ਅਤੇ ਜਿਨ੍ਹਾਂ ਨੇ ਪੈਸੇ ਨੂੰ ਕਿਵੇਂ ਕਮਾਉਣਾ ਜਾਂ ਪੈਸੇ ਦਾ ਯੂਜ਼ ਕਿਵੇਂ ਕਰਨਾ ਉਹਨਾਂ ਲਈ ਅੱਡ ਕਿਤਾਬਾਂ ਬਣੀਆਂ ਹੋਈਆਂ ਨੇ। ਜਿਨ੍ਹਾਂ ਨੇ ਆਪਦੇ ਫਿਲਮਾਂ ਲਿਖਣੀਆਂ ਨੇ ਜਾਂ ਕਵਿਤਾਵਾਂ ਲਿਖਣੇ, ਗਾਣੇ ਲਿਖਣੇ ਨੇ, ਹੈ ਨਾ, ਉਹ ਆਪਦੇ ਹਿਸਾਬ ਨਾਲ ਕਿਤਾਬਾਂ ਦੀ ਜਿਹੜੀ ਚੋਇਸ ਕਰਦੇ, ਅਤੇ ਕਈ ਮੈਂਟਲ ਹੈਲਥ 'ਤੇ ਕੰਮ ਕਰਦੇ ਆ, ਆਪਣੇ ਦਿਮਾਗੀ ਪੱਧਰ 'ਤੇ ਕੰਮ ਕਰਦੇ, ਉਹ ਆਪਦੇ ਹਿਸਾਬ ਨਾਲ ਕਿਤਾਬਾਂ ਨੂੰ ਚੂਜ਼ ਕਰਦੇ ਆ। ਹੁਣ ਸਭ ਤੋਂ ਪਹਿਲਾਂ ਸਾਡੇ ਕੋਲ ਇਹ ਚੀਜ਼ ਹੋਣੀ ਚਾਹੀਦੀ ਵੀ ਅਸੀਂ ਕਿਹੜੀ ਕਿਤਾਬ ਤੋਂ ਪਹਿਲਾਂ ਸਿਲੈਕਸ਼ਨ ਤੋਂ ਪਹਿਲਾਂ ਆਪਾਂ ਇਹ ਸਮਝਣਾ ਵੀ ਅਸੀਂ ਸਾਡਾ ਮਕਸਦ ਕੀ ਆ ਕਿਤਾਬ ਪੜ੍ਹਨ ਦਾ, ਸਾਡਾ ਗੋਲ ਕੀ ਆ। ਜਦੋਂ ਅਸੀਂ ਆਪਦਾ ਗੋਲ ਸਿਲੈਕਟ ਕਰ ਲਿਆ, ਉਸ ਤੋਂ ਬਾਅਦ ਸਾਡਾ ਉਹ ਗੋਲ ਦੇ ਵਿੱਚ ਕਿਹੜੀ ਕਿਤਾਬਾਂ ਜਿਹੜੀਆਂ ਉਹ ਸਹਾਇਕ ਹੋ ਸਕਦੀਆਂ ਨੇ। ਜਦੋਂ ਸਾਡਾ ਗੋਲ ਸਿਲੈਕਟ ਹੋ ਜਾਂਦਾ ਨਾ ਕਿਤਾਬਾਂ ਪ੍ਰਤੀ, ਵੀ ਅਸੀਂ ਇਤਿਹਾਸਿਕ ਪੱਖ ਤੋਂ ਕਿਤਾਬਾਂ ਪੜ੍ਹਨੀਆਂ ਨੇ ਜਾਂ ਅਸੀਂ ਪੈਸੇ ਕਮਾਉਣ ਦੇ ਨਜ਼ਰੀਏ ਤੋਂ ਕਿਤਾਬਾਂ ਪੜ੍ਹਨੀਆਂ ਨੇ, ਤਾਂ ਅਸੀਂ ਉਹ ਕਿਤਾਬਾਂ ਦੀ ਜਿਹੜੀ ਚੋਇਸ ਆ ਅਸੀਂ ਉਹ ਕਰ ਸਕਦੇ ਹਾਂ ਵੀ ਅਸੀਂ ਇਹ ਕਿਤਾਬਾਂ ਇੱਥੋਂ ਸ਼ੁਰੂ ਕਰ ਸਕਦੇ ਹਾਂ। ਕੋਈ ਵੀ ਤੁਸੀਂ ਕੰਮ ਦੇ, ਚਾਹੇ ਤੁਸੀਂ ਇਤਿਹਾਸ ਦੀ ਕਿਤਾਬ ਪੜ੍ਹਦੇ ਹੋ ਤਾਂ ਤੁਸੀਂ ਵੀ ਇਤਿਹਾਸ ਨੂੰ ਜਿਹੜਾ ਜ਼ੀਰੋ ਲੈਵਲ ਤੋਂ ਸ਼ੁਰੂ ਕਰੋ, ਕਿਉਂਕਿ ਜੇ ਤੁਸੀਂ ਸਿੱਖ ਇਤਿਹਾਸ ਦੇ ਵਿੱਚ, ਮੰਨ ਲਓ ਤੁਹਾਡੀ ਰੁਚੀ ਸਿੱਖ ਇਤਿਹਾਸ ਦੇ ਵਿੱਚ ਆ, ਤਾਂ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪੜ੍ਹਨਾ ਸ਼ੁਰੂ ਕਰੋ, ਤਾਂ ਕਿ ਤੁਹਾਨੂੰ ਹੁਣ ਤੱਕ ਦਾ ਜਿਹੜਾ ਸਿੱਖ ਇਤਿਹਾਸ ਆ, ਸਿੱਖ ਵੈਰੀਅਰਸ ਨੇ, ਉਹ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਣ। ਜੇ ਤੁਸੀਂ ਡਾਇਰੈਕਟ 18ਵੀਂ 19ਵੀਂ ਸਦੀ ਦਾ ਇਤਿਹਾਸ ਚੱਕੋਗੇ, ਤੁਹਾਨੂੰ ਸਮਝ ਘੱਟ ਆਊਗਾ। ਜੇ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਇਤਿਹਾਸ ਨੂੰ ਚੱਕੋਗੇ, ਉਸ ਤੋਂ ਤੁਹਾਨੂੰ ਦਸਾਂ ਪਾਤਸ਼ਾਹੀਆਂ ਦੀ, ਬਾਬਾ ਬੰਦਾ ਸਿੰਘ ਆ ਬਹਾਦਰ, ਉਸ ਤੋਂ ਬਾਅਦ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਵੇਂ ਗਿਆ, ਕਿਹੜੇ ਕਾਰਨ ਸੀ, ਉਸ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਉੱਤੇ, ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਿਵੇਂ ਕੀਤਾ, ਉਸ ਤੋਂ ਬਾਅਦ ਜਿਹੜੇ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਕੀ ਰੋਲ ਰਿਹਾ, ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਸ਼ਹੀਦੀਆਂ ਹੋਈਆਂ ਸਿੱਖਾਂ ਦੀਆਂ, A to Z ਤੁਹਾਨੂੰ ਇਤਿਹਾਸ ਦੇ ਵਿੱਚ ਜਿਹੜੀ ਰੋਚਕਤਾ ਆਪਦੇ ਆਪ ਪੈਦਾ ਹੋਊਗੀ। ਜਦੋਂ ਤੁਸੀਂ ਪੂਰਾ ਇਤਿਹਾਸ ਪੜ੍ਹ ਲਓਗੇ, ਉਸ ਤੋਂ ਬਾਅਦ ਤੁਸੀਂ ਕਿਤਾਬਾਂ ਵੀ ਲਿਖ ਸਕਦੇ ਹੋ ਅਤੇ ਤੁਸੀਂ ਕਿਤਾਬਾਂ ਜਿਹੜੀਆਂ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਵੀ ਦੇ ਸਕਦੇ ਹੋ। ਪਰ ਸਭ ਤੋਂ ਪਹਿਲਾਂ ਇਹ ਆ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਜਿਹੜੀ ਜਾਣਕਾਰੀ ਉਹ ਬਹੁਤ ਘੱਟ ਲੈਣੀ ਆ, ਖਾਸ ਕਰਕੇ ਇਤਿਹਾਸ ਬਾਰੇ। ਇਤਿਹਾਸ ਬਾਰੇ ਅੱਜ ਕੱਲ੍ਹ ਕਈ ਚੈਨਲ ਪੰਜਾਬੀ ਦੇ ਵਿੱਚ ਬਹੁਤ ਫੇਮਸ ਹੋਏ ਨੇ, ਪਰ ਉਹ ਬਹੁਤ ਗਲਤ ਜਿਹੜੀਆਂ ਇਤਿਹਾਸਿਕ ਜਾਣਕਾਰੀਆਂ ਸਾਨੂੰ ਦੇ ਰਹੇ ਨੇ। ਸਾਨੂੰ ਸਹੀ ਇਤਿਹਾਸ ਆ ਜਿਹੜਾ ਉਹ ਕਿਤਾਬਾਂ ਵਿੱਚੋਂ ਹੀ ਪਤਾ ਲੱਗੂਗਾ। ਜਦੋਂ ਅਸੀਂ ਲਗਾਤਾਰ ਕਈ ਕਿਤਾਬਾਂ ਇਤਿਹਾਸ ਦੀਆਂ ਪੜ੍ਹਦੇ ਹਾਂ ਤਾਂ ਸਾਨੂੰ ਇਤਿਹਾਸ ਪ੍ਰਤੀ ਪਤਾ ਲੱਗਣ ਲੱਗ ਜਾਂਦਾ ਵੀ ਇਹ ਸਹੀ ਆ ਜਾਂ ਗਲਤ ਆ। ਇਸ ਕਰਕੇ ਕਿਤਾਬਾਂ ਜ਼ਰੂਰ ਪੜ੍ਹੋ, ਇਤਿਹਾਸ ਨੂੰ ਸੁਣੋ ਵੀ ਅਤੇ ਪੜ੍ਹੋ ਵੀ, ਤਾਂ ਕਿ ਤੁਹਾਨੂੰ ਸਹੀ ਜਾਂ ਗਲਤ ਦੇ ਵਿੱਚ ਆ ਜਿਹੜਾ ਅੰਤਰ ਪਤਾ ਲੱਗ ਸਕੇ। ਜਦੋਂ ਤੁਸੀਂ ਗੋਲਡ ਡਿਸਾਈਡ ਕਰ ਲੈਂਦੇ ਹੋ, ਫਿਰ ਤੁਹਾਡੀ ਕਿਤਾਬਾਂ ਦੀ ਲਿਸਟ ਬਣਨੀ ਸ਼ੁਰੂ ਹੋ ਜੂਗੀ। ਜਦੋਂ ਤੁਸੀਂ ਕਿਤਾਬਾਂ ਦੀ ਲਿਸਟ ਬਣਾ ਲਈ, ਤਾਂ ਤੁਸੀਂ ਉਹ ਕਿਤਾਬਾਂ ਨੂੰ ਜਿਹੜਾ ਇੱਕ ਇੱਕ ਕਰਕੇ ਦੋ ਦੋ ਕਰਕੇ ਵਾਏ ਕਰ ਲਓ, ਅਤੇ ਉਹ ਕਿਤਾਬਾਂ ਨੂੰ ਇੱਕ ਆਪਦੀ ਦਿਨ ਦਾ ਇੱਕ ਨਿਸ਼ਚਿਤ ਟਾਈਮ ਰੱਖ ਲਓ, ਇੱਕ ਜਾਂ ਦੋ ਘੰਟੇ, ਵੀ ਇਹ 2 ਘੰਟੇ ਮੈਂ ਪੜ੍ਹਨੇ ਹੀ ਪੜ੍ਹਨੇ ਆ। ਪਰ ਉਸ ਸਮੇਂ ਡਿਸਟਰੈਕਸ਼ਨ ਤੁਹਾਡੇ ਨੇੜੇ ਨਹੀਂ ਹੋਣੀ ਚਾਹੀਦੀ, ਤੁਹਾਡੇ ਦੋਸਤ, ਤੁਹਾਡੇ ਕੋਲ ਕੋਈ ਇਲੈਕਟ੍ਰੋਨਿਕ ਗੈਜ਼ਟ ਨਹੀਂ ਹੋਣਾ ਚਾਹੀਦਾ, ਉਸ ਤੋਂ ਤੁਹਾਡੇ ਕੋਲ ਇੱਕ ਕਾਪੀ ਜਾਂ ਨੋਟਬੁੱਕ ਡਾਇਰੀ ਹੋਣੀ ਚਾਹੀਦੀ ਆ, ਜਾਂ ਤੁਹਾਡੇ ਕੋਲ ਇੱਕ ਪੈਨਸਲ ਹੋਣੀ ਚਾਹੀਦੀ, ਤਾਂ ਕਿ ਤੁਸੀਂ ਉਹ ਕਿਤਾਬ ਦੇ ਜਿਹੜੇ ਨਿਸ਼ਾਨ ਲਾ ਸਕੋ, ਜਿਹੜੀਆਂ ਉਹਦੇ ਵਿੱਚ ਇੰਪੋਰਟੈਂਟ ਗੱਲਾਂ ਨੇ, ਉਹਦੇ ਨੋਟਸ ਜ਼ਰੂਰ ਬਣਾਇਓ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਆਹ ਕਿਤਾਬ ਦਾ ਜਿਹੜਾ ਇੰਪੋਰਟੈਂਟ ਹਿੱਸਾ, ਤਾਂ ਕਿ ਤੁਸੀਂ ਉਸ ਕਿਤਾਬ ਬਾਰੇ ਜਿਹੜੀ ਜਾਣਕਾਰੀ ਨੂੰ ਇਕੱਠੀ ਕਰ ਸਕੋ, ਅਤੇ ਆਪਦੀ ਜਿਹੜੀ ਉਸ ਦੀ ਜਾਣਕਾਰੀ ਨੂੰ ਇਕੱਠੀ ਕਰਕੇ ਉਸਨੂੰ ਆਪਦੀ ਜ਼ਿੰਦਗੀ ਦੇ ਵਿੱਚ ਉਹਨੂੰ ਇਸਤੇਮਾਲ ਕਰ ਸਕੋ। ਕਿਤਾਬ ਪੜ੍ਹਨ ਲੱਗੇ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣੀ, ਜੇਕਰ ਤੁਸੀਂ ਕਿਤਾਬ ਦੇ ਨੋਟਸ ਨਹੀਂ ਬਣਾਓਗੇ ਨਾ, ਤਾਂ ਤੁਹਾਡੀ ਉਹ ਕਿਤਾਬ ਜਿਹੜੀ
ਭੁੱਲ ਜਾਵੇਗੀ ਤੁਹਾਨੂੰ। ਇਸ ਕਰਕੇ ਉਸ ਕਿਤਾਬ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਲਾਈਨਾਂ ਤੁਹਾਨੂੰ ਲੱਗ ਰਹੀਆਂ ਨੇ, ਤੁਸੀਂ ਉਹ ਲਾਈਨਾਂ ਨੂੰ ਜ਼ਰੂਰ ਇੱਕ ਡਾਇਰੀ 'ਤੇ ਲਿਖਣਾ। ਉਸ ਤੋਂ ਬਾਅਦ ਉਹ ਡਾਇਰੀ ਨੂੰ ਤੁਸੀਂ ਜਦੋਂ ਸਾਲਾਂ ਬਾਅਦ ਲਿਖੇ ਚੱਲੋਗੇ, ਹਰ ਇੱਕ ਕਿਤਾਬ ਦੇ ਨੋਟਸ ਬਣਾਏ ਚੱਲੋਗੇ, ਤਾਂ ਤੁਹਾਡੇ ਕੋਲ ਇੱਕ ਬਹੁਤ ਵੱਡਾ ਗਿਆਨ ਦਾ ਭੰਡਾਰਾ ਜਿਹੜਾ ਇਕੱਠਾ ਹੋ ਜੂਗਾ। ਇਸ ਕਰਕੇ ਸਭ ਤੋਂ ਪਹਿਲਾਂ ਗੋਲ ਸੈਟਿੰਗ, ਉਸ ਤੋਂ ਬਾਅਦ ਕਿਤਾਬਾਂ ਦੀ ਚੋਇਸ, ਉਸ ਤੋਂ ਬਾਅਦ ਇੱਕ ਦੋ ਕਿਤਾਬਾਂ ਬਾਏ ਕਰਨੀਆਂ, ਉਸ ਤੋਂ ਬਾਅਦ ਹੈ ਜਿਹੜਾ ਤੁਸੀਂ ਕਿਵੇਂ ਇੱਕ ਸਮਾਂ ਰੱਖਣਾ। ਮੈਂ ਜਿਹੜਾ ਸੁਜੈਸਟ ਕਰੂੰਗਾ ਮੋਰਨਿੰਗ ਜਾਂ ਈਵਨਿੰਗ, ਜਦੋਂ ਤੁਸੀਂ ਬਿਲਕੁਲ ਫ੍ਰੀ ਹੁੰਦੇ ਹੋ, ਉਹ ਕਿਤਾਬਾਂ ਦਾ ਸਮਾਂ ਤੁਸੀਂ ਰੱਖੋ। ਇੱਕ ਤੁਸੀਂ ਨੋਟਸ, ਮੈਂ ਕਹਿਣਾ ਤੁਸੀਂ ਜ਼ਰੂਰ ਹੀ ਬਣਾਉਣੇ ਆ। ਉਸ ਤੋਂ ਬਾਅਦ ਜੇ ਤੁਸੀਂ ਨੋਟਸ ਬਣਾਉਣੇ ਸ਼ੁਰੂ ਕਰਤੇ, ਤਾਂ ਤੁਸੀਂ ਕਿਤਾਬਾਂ ਦੇ ਨਾਲ ਜੁੜ ਜਾਓਗੇ, ਤੁਹਾਡਾ ਜਿਹੜਾ ਇੰਟਰਸਟ ਆ ਉਹ ਕਿਤਾਬਾਂ ਦੇ ਵਿੱਚ ਬਣਨਾ ਸ਼ੁਰੂ ਹੋ ਜੂਗਾ। ਅਤੇ ਇਹ ਸੀ ਕਿਤਾਬਾਂ ਨਾਲ ਕਿਵੇਂ ਅਸੀਂ ਪਿਆਰ ਪਾ ਸਕਦੇ ਹਾਂ। ਤੁਹਾਨੂੰ ਇਹੋ ਜਿਹੀਆਂ ਹੋਰ ਜਾਣਕਾਰੀ ਲਈ ਵੀਡੀਓ ਲੈ ਕੇ ਅਸੀਂ ਆਉਂਦੇ ਰਹਿੰਦੇ ਹਾਂ, ਇਸ ਕਰਕੇ ਸਾਡਾ ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ ਜੀ।